हाँ जी गुड मॉर्निंग जी। सवेर के बज गए 4 ते फ्लैट का टाइम हो गया। सुस्ती अजे भी नहीं लथी। चलो फिर चलते हैं एयरपोर्ट, उधर मम्मी भी तैयार हो गए। 4:30 हो गया ना। 4:30 कि नेरा होंगे जी। कभी उठी नहीं ना तू। चलो मिलते हैं। ਆ ਗਈ ਉਹਨੇ ਫੋਨ ਕੀਤਾ ਹੋਣੇ ਯਾਨੀ ਮੈਂ ਸਮਾਨ ਲੈ ਲਾ ਮੈਂ ਆ ਗਈ ਸੱਚੀ ਆਹੋ ਆ ਵੇ ਫੋਨ ਆ ਅੱਛਾ ਕੀ ਲੈ ਲਾ ਸਮਾਨ ਆਪਣਾ ਬੈਗ ਬੂਗ ਨਹੀਂ ਲੈਣਾ ਨੇ ਹਾਂ ਹਾਂ ਚੱਲ ਵਧੀਆ ਆ ਗਈ ਅੱਖਾਂ ਦੇ ਤੀ ਤੇ ਅੱਖਾਂ ਦੇ ਫੋਨ ਨਹੀਂ ਲੱਗਦਾ ਪਤਾ ਨਹੀਂ ਉਧਰ ਆ ਚੱਲਣ ਡਿਆ ਕਿਹੜੇ ਤੁਹਾਨੂੰ ਚੱਲਣ ਡਿਆ ਉਧਰ ਵਾਲੇ ਤੋਂ ਆਇਆ ਹੀ ਅੱਛਾ ਫਿਰ ਇੱਥੇ 5-10 ਮਿੰਟ ਲੱਗਣੇ ਆ ਨਾ ਹਾਂ ਉਹ ਸਾਹਮਣੇ ਆਉਣ ਵਾਲੇ ਜਿਹੜੇ ਇੱਧਰ ਵਿਚਾਰੇ ਜਿਹੜੇ ਖਲੋਤੇ ਸਾਹਮਣੇ ਸਾਡੇ ਅੱਗੇ ਮੰਮੀ ਤੁਹਾਨੂੰ ਕਿੱਦਾਂ ਫੀਲ ਹੋਇਆ ਤੁਹਾਡੀ ਕੁੜੀ ਆਉਂਦੀ ਅੱਜ ਮੰਮੀ ਸਾਡੀ ਬਹੁਤ ਖੁਸ਼ ਹੈ ਉਹ ਸੁਸਤੀ ਮਾਰ ਵੀ ਬਾਤੀਆਂ ਮਾਰਦੇ ਰੀਚਾਰਜ ਤੋਂ ਨਹੀਂ ਵੀਡੀਓ ਕਾਲ ਕਰਨੀ ਪੈਂਦੀ ਹਰ ਮਹੀਨੇ ਹੁਣ ਕਰਨਾ ਨਹੀਂ ਮਿਲਦਾ ਫੋਨ ਫੜ ਖੋਲੀ ਹੁਣ ਮੰਮੀ ਹੁਣ 5 ਵੱਜ ਗਏ ਪਰ ਅਜੇ ਤੱਕ ਵੀ ਹਨਾ ਕੋਈ ਨਹੀਂ ਆ ਰਿਹਾ ਕਦੀ ਜਿਹੜੇ ਕੋਈ ਕੁੜੀ ਆਉਂਦੀ ਮੈਨੂੰ ਲੱਗਦਾ ਦੀਦੀ ਆ ਗਈ ਜਿਹੜੇ ਕੁੜੀ ਆਉਂਦੀ ਮੈਨੂੰ ਲੱਗਦਾ ਦੀਦੀ ਆ ਆ ਗਈ ਆ ਗਈ ਮਹਾ ਹੀ ਆਈ आई तो नहीं जाई तो नहीं मैं तो कल ही रोन दे अखा खराब होनी अज तो सब खुश होना गे गल बात मारा गे दीदी आई वाल कने लंबे हो गए दीदी है ना वाल खी मेरे घर गए पर बड़े सोहने हो गए लंबे सगो चगने चगने चल तू डैडी ਹੁਣ ਤੇ ਕਰ ਲੈਣਾ ਡੈਡੀ ਨੇ ਮਿੰਟੋ ਮਿੰਟੀ ਡੈਡੀ ਕਰ ਦੇ ਚੱਲ ਲੰਘ ਜਾ ਕੋਈ ਨਹੀਂ ਕਿੰਨੇ ਚਿਰ ਪਿੱਛੇ ਦੀਦੀ ਨੇ ਮਿਲਦੀ 3-4 ਸਾਲ ਬਾਅਦ ਚੱਲ ਪੀਓ ਚਾਹ ਫਿਰ ਲੱਡੂ ਛੋਟੇ ਨਹੀਂ ਤੁਹਾਡੇ ਪਕੌੜੇ ਬਣਾਉਣੇ ਸੀ ਤੇ ਪਕੌੜੇ ਫਿਰ ਮੈਂ ਥੋੜੀ ਚਿਰ ਬਾਅਦ ਬਣਾਉਂਗੀ ਕਿਉਂਕਿ ਅੱਜ ਸਵੇਰ ਦੇ ਮਤਲਬ 5 ਵਜ ਗਏ ਤੇ 5 ਵਜੇ ਦੀ ਨੇ ਪਕੌੜੇ ਨਹੀਂ ਖਾਣੇ ਫਿਰ ਹੀ ਬਣਾਵਾਂਗੇ 9-10 6 ਵਜ ਗਏ 6 ਆਹੋ ਸੇਸੇ ਕਹਿੰਦੇ ਨਹੀਂ ਨਾ ਫਿਰ ਮੈਂ ਦੁਪਹਿਰਾਂ ਹੀ ਬਣਾਉਣੀ ਇੰਦੀ ਹਲ ਭੈਣ ਜੀ ਇੰਦੀ ਭੈਣ ਜੀ ਬਹੁਤ ਖੁਸ਼ ਹੈ ਜਿਹਨਾਂ ਦੀ ਕੁੜੀ ਆਈ ਹੈ ਆ ਦੋ ਕਿਸੋ ਦਾ ਕੇ ਫੋਨ ਤੇ ਫੋਨ ਤੇ ਆਉਣ ਆਮੋ ਸਾਹਮਣੇ ਹੋਏ ਨੇ ਅੱਜ ਮੈਂ ਫੋਨ ਵੀ ਚਾਰਜ ਲਾਇਆ ਅੱਜ ਫੋਨ ਮੈਂ ਲੈ ਹੀ ਜਾਣਾ ਤੁਹਾਡਾ ਨਾ ਅੱਜ ਕੀ ਕਰਨਾ ਮੰਮੀ ਨੇ ਉਹਨੇ ਸਵੇਰੇ ਸਿਰ ਫੋਨ ਚਾਰਜ ਤੇ ਲਾ ਦੇਣਾ ਹੁੰਦਾ ਹਾਂਜੀ ਕਿਧਰ ਤਿਆਰੀ ਗੁਰਦਰ ਸਾਹਿਬ ਚੱਲੇ ਮਤਲਬ ਟੇਕਣ ਦੀਆਂ ਚਾਚੀ ਨਾ ਖੋਲੇ ਤੇ ਉਹ ਨਾਪ ਨਹੀਂ ਮਿਲਦੀ ਜਾਂਦਾ ਪੂਰਾ ਤੇ ਮੈਂ ਨਹੀਂ ਆ ਹੀ ਗਿਆ ਵੇ ਇਹ ਨਾ ਸੂੜਾ ਇਹਨੂੰ ਇੱਥੇ ਰੈਡੀ ਕਰਨੇ ਪੂਰੇ ਚਲੋ ਫਿਰ ਲਓ ਬਾਬੇ ਦਾ ਨਾਮ ਸਿਆਲ ਆ ਗਿਆ ਬਾਹਰ ਬਹੁਤ ਧੁੰਦ ਪਈ ਅੱਜ ਨਹੀਂ ਵੈਸੇ ਮੌਸਮ ਬਹੁਤ ਸੋਹਣਾ ਹੋ ਗਿਆ ਅੱਜ ਹਨਾ ਧੁੰਦ ਧੁੰਦ ਜੀ ਪਈ ਹੁਣ ਸਿਆਲ ਆ ਗਿਆ ਸਿਆਲ ਚ ਮੋਜਾ ਰਮਾਨਾ ਚਲੋ ਖੋਲੋ ਗੇਟ ਫਿਰ ਸਿਆਲ ਚ ਦਿਨ ਵੀ ਨਿੱਕੇ ਨਿੱਕੇ ਹੁੰਦੇ ਕੰਮ ਕੋਮ ਨਹੀਂ ਵੱਧਦਾ ਨਹੀਂ ਕੋਈ ਤੇ ਅੱਗੇ ਮੀਜ਼ ਕੇ ਖ
ਕਿੰਨਾ ਸੋਹਣਾ ਮੌਸਮ ਹੋਇਆ ਜੀ। ਹਾਂ, ਬੱਦਲ ਬੱਦਲ ਹੋਇਆ। ਹਾਏ ਫਰੈਂਡ, ਸਾਡਾ ਰੋਡ ਰੱਖੀ ਰੱਖਦਾ ਜੀ। ਕਮਲੀ ਆ ਗਈ ਹੈ। ਆਂਦੀ ਸਾਡੇ ਕੁੱਤੇ ਨੂੰ ਪਤਾ ਕੀ ਆਂਦੇ ਈ ਕੀ ਨੇ ਕੰਨ ਹੈ ਇਟਲੀ ਚ ਕੰਨ ਸੁੱਖ ਦੀ ਮੈਂ ਪੁੱਛਿਆ ਤੁਹਾਨੂੰ ਓਪਰਾ ਨੀ ਫੀਲ ਹੋਇਆ ਇੱਧਰ ਆਣ ਕੇ ਆਡੇ ਦੇ ਉੱਥੇ ਉਹ ਘਰ ਆਉਂਦੇ ਇੱਧਰ ਹੋਇਆ ਸੜਕ ਤੇ ਖਲੋਤੀ ਭਾਈ ਨੇ ਕਹਿੰਦਾ ਨਾਲੀ ਦੀ ਗੱਲ ਕੀ ਨਹੀਂ ਵੇਖੀ ਹਾਂਜੀ ਮੰਮੀ ਕੀ ਕਹਿਣ ਦੇ ਤੀ ਅਮੀਂ ਦੇ ਅੰਚਰ ਗੋਦਰ ਆਇਆ ਮੈਂ ਕਿਹਾ ਦੀਦੀ ਮੱਥਾ ਟਿਕਾ ਰਹੇ ਡੈਡੀ ਆਖਦੇ ਹੁਣ ਟਾਈਮ ਨਾਲ ਉੱਠੇ ਜੇ ਉਦਾਂ ਲੇਟ ਜਾਂਦੇ ਹੁੰਦੇ ਨਹੀਂ ਉੱਥੇ ਗੁਰਦਰ ਸਾਹਿਬ ਦੂਰ ਆ ਕਿੱਥੇ ਲੱਗੇ ਅੱਛਾ ਹਾਂਜੀ ਹਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਸਾਡੇ ਭੈਣ ਦੱਸ ਜੀ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ ਸਾਹਿਬ ਅੱਗੇ ਦੀਦਾ ਮੇਰਾ ਨਾਮ ਵੀ ਹੁੰਦਾ ਮੈਂ ਚਾਹੀਦਾ ਸੂਟ ਨਹੀਂ ਉਹਨਾਂ ਨੂੰ ਮੇਰੇ ਆਉਂਦੇ ਕਿਉਂਕਿ ਬੜੇ ਵੱਡੇ ਕਮਰੇ ਖੁੱਲ ਗਏ ਮੈਂ ਮੋਟੀ ਹੋਈ ਨਾ ਸਿਰ ਕੇ ਸਤਨਾਮ ਵਾਹਿਗੁਰੂ ਜੀ ਮੇਲੇ ਦੇ ਸਮਾਗਮ ਤੇ ਇੱਥੇ ਕਿੰਨੀ ਰੌਣਕ ਲੱਗੀ ਸੀ ਇੱਥੇ ਹਨਾ ਕਿੰਨੀ ਸੰਗਤ ਸੀ ਬਾਬਾ ਨੂੰ ਆਂਦਾ ਇਹ ਕਰਮ ਵਾਲਾ ਦਿਨ ਚੜਿਆ ਸਾਰਾ ਟੱਬਰ ਆਏ ਹਾਂ ਪਛਾਣ ਨੀ ਦੇਣ ਡਿਆ ਬਾਬਾ ਅਸੀਂ ਆਖਿਆ ਵਾਕਿਆ ਕਰਮ ਵਾਲਾ ਚੜਿਆ ਸਾਰੇ ਇਕੱਠੇ ਆਏ ਸੂਰਜ ਦੀ ਪਹਿਲੀ ਕਿਰਨ ਚੜ ਗਈ ਜੇ ਹਿੰਦੀ ਵਾਲੀ ਭੈਣ ਜੀ ਕਿੰਨੇ ਨਾਮ ਪਾਇਆ ਗੁਰਵਿੰਦਰ ਪਾਇਆ ਹਾਂਜੀ ਹੁਣ ਸਵੇਰ ਦੇ ਵੱਜ ਗਏ 8 ਤੇ ਆਪਾਂ ਕੱਪੜੇ ਚੇਂਜ ਕਰ ਲਏ ਹੁਣ ਬਣਾਈਏ ਰੋਟੀ ਪਾਣੀ ਦੀਦੀ ਹੁਣਾਂ ਵਾਸਤੇ ਕੀ ਗੱਲਾਂ ਪਤਾ ਮਾਰਦੇ ਦੋਵੇਂ ਭੈਣ ਭਰਾ ਤੇ ਹੈਡਫੋਨ ਦੇ ਦੀਦੀ ਕਹਿੰਦੇ ਨੇ ਮੈਂ ਨਾਲ ਖੜਨੇ ਇਹ ਨਾ ਸੁੱਖ ਦੀਦੀ ਨੂੰ ਵਿਚਾਰੀ ਨੂੰ ਚੈਨ ਨਹੀਂ ਆਉਂਦਾ ਕਹਿੰਦੇ ਉੱਧਰ ਠੰਡੀਆਂ ਥਾਂ ਆਏ ਨਾ ਤੇ ਕਦੀ ਕਹੀ ਜਾਂਦੇ ਤੁਹਾਡੀ ਤਾਂ ਗਰਮੀ ਬੜੀ ਮੈਂ ਸਾਡੇ ਤੁਹਾਨੂੰ ਸੁੱਖ ਫਿਰ ਵੀ ਠੰਡਾ ਹੋ ਗਿਆ ਨਹੀਂ ਤਾਂ ਪਹਿਲਾਂ ਬੜੀ ਗਰਮੀ ਹੁੰਦੀ ਚਲੋ ਰੋਟੀ ਲਾ ਕੇ ਲੈ ਕੇ ਆਉਂਦੀ ਹਾਂ ਕੀ ਲਈ ਦੀਦੀ ਮੈਨੂੰ ਕਿਹਾ ਮੇਰੀ ਦਾਲ ਬਣਾਈ ਫੇਵਰੇਟ ਤੇ ਦੀਦੀ ਦਾਲ ਬਣਾਈ ਇੱਕ ਚਨੇ ਦੀ ਸਬਜ਼ੀ ਪਨੀਰ ਦੀ ਇੱਕ ਦਹੀਂ ਆ ਸਾਗ ਲੈ ਕੇ ਆਉਂਦੀ ਅੱਜ 3-4 ਸਾਲਾਂ ਬਾਅਦ ਭੈਣ ਭਰਾ ਤੁਸੀਂ ਰੋਟੀ ਇਕੱਠੀ ਖਾਣ ਦੇ ਦੀਦੀ ਤੁਸੀਂ ਨਿੱਕਿਆਂ ਦੇ ਲੜਦੇ ਹੁੰਦੇ ਰੋਟੀ ਤੋਂ ਨਹੀਂ ਲੜੇ ਅਸੀਂ ਚਾਹ ਵੀ ਨਹੀਂ ਤੇ ਜਿੱਦਣਾ ਇੱਕ ਗਲਾਸ ਸਵੇਰੇ ਮੰਮੀ ਨੇ ਆਨ ਦੇ ਕੇ ਜਾਣੀ ਤੇ ਦੋ ਪੀਣੇ ਆ ਪਰ ਥੋੜੀ ਜਿਹੀ ਪੀਏ ਪਰ ਦੋ ਪੀਣੇ ਹੁੰਦੇ ਆ ਅੱਛਾ ਸਭ ਤੋਂ ਵੱਧ ਤੁਹਾਨੂੰ ਦੀਦੀ ਪਿਆਰ ਕਰਦੀ ਰਹੇ ਨਾ ਕੱਪੜੇ ਪ੍ਰੈਸ ਕਰਕੇ ਦਿੰਦੇ ਹੁੰਦੇ ਮੈਨੂੰ ਕਹਿੰਦੇ ਜੀ ਬੜਾ ਲੱਗਦਾ ਦੀਦੀ ਮੈਨੂੰ ਚੁੱਕ ਕੇ ਖੜਾਉਂਦੀ ਹੁੰਦੀ ਆਹੋ ਆਂਦੇ ਸਾਰੇ ਦੇ ਮੈਨੂੰ ਚੁੱਕ ਕੇ ਤਾਂ ਲਈ ਮੈਂ ਤੇ ਦੀਦੀ ਗਲੀਆਂ ਨੂੰ ਦੀਦੀ ਉੱਥੇ ਤੁਸੀਂ ਘਰੇ ਰੋਟੀ ਬਣਾਉਂਦੇ ਕਿ ਜੇ ਬਾਹਰ ਮਤਲਬ ਜਿੱਦਾਂ ਮੁੱਲ ਦੀ ਆਉਂਦੀ ਕਈ ਕਈ ਘਰ ਨਹੀਂ ਬਣਾਉਂਦੇ ਘਰੇ ਬਣਾਉਂਦੇ ਫਿਰ ਤਾਂ ਵਧੀਆ ਬਾਹਰ ਦੀ ਰੋਟੀ ਤਾਂ ਬੜੇ ਔਖਾ ਹੋਏ ਤਾਂ ਕੁਛ ਨਹੀਂ ਕਈ ਖਾਂਦੇ ਹੀ ਆ ਬਾ ਕਈ ਨਹੀਂ ਬਣਾਉਂਦੇ ਰੋਟੀ ਹੁਣ ਇੱਥੇ ਦੀਦੀ ਸਾਨੂੰ ਪੀਜ਼ਾ ਬਣਾ ਕੇ ਖਵਾਓਗੀ ਦੀਦੀ ਨੂੰ ਪਸੰਦ ਹੁੰਦਾ ਪਾਸਤਾ ਉਹ ਮੈਂ ਬਣਾ ਖਵਾਉਂਗੀ ਹਾਂਡੀ ਇੱਕ ਕਚਾਲੂ ਸੱਚ ਕਚਾਲੂ ਹੁਣ ਮਿਲ ਜਾਣੇ ਜੀ ਹਾਂ ਤੁਸੀਂ ਯਾਰ ਇੱਥੇ ਵੈਸੇ ਵੀ ਰੋਟੀ ਸਾਰੇ ਭੈਣ ਭਰਾ ਘੱਟ ਖਾਂਦੇ ਸਬਜ਼ੀ ਸੁਬਜ਼ੀ ਘੱਟ ਨੂੰ ਲੈ ਚਾਚਾ ਜੀ ਵੀ ਆ ਗਏ ਸਰ ਸਤਿ ਸ਼੍ਰੀ ਅਕਾਲ ਪਾਣੀ ਪੀਣਾ ਚਾਚਾ ਜੀ ਲਿਆਵਾਂ ਭੂਈ ਨੂੰ ਮਿਲਣਾ ਆ ਓਏ ਅੱਜ ਛੁੱਟੀ ਕੀਤੀ ਚੇਤੀ ਜਾਪ ਦੀ ਚੁੱਕਿਆ ਨੀ ਜਾਂਦਾ ਸ਼ੇਰ ਵੱਡਾ ਹੋ ਗਿਆ ਹੁਣ ਇਹ ਮੋਟਾ ਹੁਣ ਚੁੱਕਿਆ ਨੀ ਜਾਂਦਾ ਅਜੇ ਤੇ ਭੂਈ ਦੀ ਗੋਦੀ ਚੋਂ ਨਿਕਲੀ ਤੇ ਤੁਹਾਨੂੰ ਕਿੱਥੋਂ ਮਿਲੇ ਚਿੱਟਾ ਕੁੱਕੜ ਬਣਿਆ ਵੀਰ ਪਾਲੇ ਵਾਂਗੂ 500 ਦੇ ਉੱਤੇ ਪਾਏ ਜਾ ਉਹਦੇ
ਦਾਦੀ ਚਾਚੂ ਨੂੰ ਨੀ ਮਿਲਣਾ ਚਾਚਿਕਾ ਆਨੰਦ ਦੇ ਰਾਮ ਨਾਲ ਕੱਢਦਾ ਸੀ ਕੀ ਆਖਿਆ ਤੂੰ ਦੀਦੀ ਚੱਕਰ ਦੇ ਵਿੱਚ ਤੁਸੀਂ ਬਹੁਤ ਲੇਟ ਹੋਏ ਨਾ ਮੈਂ ਬਹੁਤ ਲੇਟ ਹੋ ਗਿਆ ਚਲੋ ਚੱਲਦੇ ਹਾਂ ਫਿਰ ਤੇ ਤੁਸੀਂ ਸਾਰੇ ਜਣੇ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਅੱਜ ਦਾ ਵਲੋਗ ਕਿਵੇਂ ਦਾ ਲੱਗਾ ਮਿਲਦੇ ਹਾਂ ਨੈਕਸਟ ਵਲੋਗ 'ਚ ਸਾਰੇ ਜਣੇ ਆਪਣਾ ਖਿਆਲ ਰੱਖਣਾ ਓਕੇ ਬਾਏ ਬਾਏ।